ਅਸਲਾਮ ਅਲੈਕੁਮ, ਕਿਆ ਲੈਣੀ ਤਬੀਅਤ ਸੀ? ਠੀਕ ਹੈ, ਮੈਂ ਤੈਬ ਖਗਾ ਤਾਂ ਤੂੰ ਸਾਡੇ ਜਬੋ ਮੇਰੇ ਯੂਟਿਊਬ ਚੈਨਲ ਦਿਆਤੀ ਖਗਾ ਅਤੇ ਟਾਈਮ ਥੀਂਦਾ ਪਏ ਵੇ 5:20, ਤੁਹਾਕ ਪਤਾ ਨਹੀਂ ਨਜ਼ਰ ਤਾਂ ਪਏ ਕਹਿ ਨਜ਼ਰ ਦਾ ਪਿਆ। ਹਾਂ, 5:20 ਮੈਂ ਨਜ਼ਰ ਗਏ ਅਤੇ ਅੱਜ ਵੀਡੀਓ ਦੇ ਸਟਾਰਟਅਪ ਦੇ ਵਿੱਚ ਨਾ ਬਹੁ ਵੱਡੀ ਖੁਸ਼ਖਬਰੀ ਹੈ। ਖੁਸ਼ਖਬਰੀ ਇਹ ਹੈ ਕਿ ਮੈਂ ਨਵਾਂ ਜਿਹੜਾ ਯੂਟਿਊਬ ਚੈਨਲ ਬਣਾਇਆ ਹੈ ਅਤੇ ਮੇਰੇ ਕਨੇ ਕੁਝ ਗਲਤੀ ਸਹੀ ਹੈ, ਕਿਉਂਕਿ ਮੈਂ ਨਵਾਂ ਆਇਆ ਹੈ। ਮੇਰੇ ਕੋਲ ਰੂਲਸ ਅਸੂਲਸ ਆ, ਕਮਿਊਨਿਟੀ ਗਾਈਡਲਾਈਨਸ ਆ, ਮੈਨੂੰ ਕਹਿਣਾ ਹੀ ਪਤਾ ਕਿ ਯੂਟਿਊਬ ਦੇ ਤਰਫੋਂ ਕਿਆ ਕਿਆ ਉਹ ਹੁੰਦੀ ਹੈ, ਰੁਕਾਵਟ ਹੁੰਦੀ ਹੈ। ਅਤੇ ਮੈਂ ਯੂਟਿਊਬ ਦੇ ਉੱਤੇ ਵੀਡੀਓ ਬਣਾਉਂਦਾ ਰਹਿ ਗਿਆ ਅਤੇ ਮੇਰੇ ਕਨੇ ਗਲਤੀ ਥਈ ਹੈ ਅਤੇ ਉਹ ਗਲਤੀ ਥਈ ਹੈ 13 November 2021 ਕੋ। ਮੈਂ ਚੈਨਲ ਵੀ 2021 ਵਿੱਚ ਬਣਾਇਆ ਸੀ, ਨਵੰਬਰ ਦੇ ਵਿੱਚ ਮੇਰੇ ਕੋਲ ਇੱਕ ਮਤਲਬ ਸਟ੍ਰਾਈਕ ਆ ਸਕਦੇ, ਸਟ੍ਰਾਈਕ ਕਰਨ ਲੱਗੀ ਸੀ, ਲੇਕਿਨ ਵਾਰਨਿੰਗ ਮਿਲੀ ਹੈ ਅਤੇ 3 ਸਟ੍ਰਾਈਕ ਲੱਗਣ ਤੋਂ ਬਾਅਦ ਚੈਨਲ ਖਤਮ ਥੀ ਵੇਂਦੇ, ਯੂਟਿਊਬ ਉਡਾ ਦਿੰਦੇ। ਅਤੇ ਮੇਰੇ ਕੋਲ ਜਿਹੜੀ ਹੈ ਉਹ ਵਾਰਨਿੰਗ ਮਿਲੀ ਹੈ। ਵਾਰਨਿੰਗ ਪਤਾ ਕਿਉਂ ਮਿਲੀ ਹੈ? ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਅਪ ਦੇ ਵਿੱਚ ਦੱਸਾ ਰਿਹਾ। ਉਹ ਮੇਰੇ ਕੋਲ ਵਾਰਨਿੰਗ ਮਿਲੀ ਹੈ ਕੁੱਕਣ ਦੀ, ਜਿਹੜੀ ਕੁਸ਼ਤੀ ਨਹੀਂ ਹੁੰਦੀ ਜਿਵੇਂ ਕੁੱਕੋ ਲੜਦੇ, ਅਤੇ ਉਹਨਾਂ ਦੀ ਮੈਂ ਲੜਾਈ ਪਾਤੀ ਸੀ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਤੇ ਉਹਨੇ ਆਖਿਆ ਕਿ ਪੱਖੇ ਪਰਿੰਦਿਆਂ ਦੇ ਨਾਲ ਤੁਸੀਂ ਜ਼ੁਲਮ ਕਰਨ ਦੇ ਵੇ ਇਹ ਵਜ੍ਹਾ ਦੇ ਉੱਤੇ, ਅਤੇ ਲੋਕਾਂ ਦਾ ਦਿਲ ਥੋੜ੍ਹਾ ਮਤਲਬ ਨਾ ਸਹਿ ਸਕ ਸੀ ਇਹ ਕੁੱਕੜਿਆਂ ਦੀ ਕੁਸ਼ਤੀ, ਕਿਉਂਕਿ ਉਹਦੇ ਵਿੱਚ ਖੂਨ ਵੀ ਨਿਕਲ ਆਇਆ, ਕੁੱਕੋ ਲੜਦੇ ਪਾਣ। ਅਤੇ ਮੈਂ ਉਹ ਵੀਡੀਓ ਪਾਤੀ ਆਈ ਅਤੇ ਇਸ ਵਾਸਤੇ ਉਹਨੇ ਮੇਰੇ ਕੋਲ ਨਾ ਵਾਰਨਿੰਗ ਦਿੱਤੀ ਹੈ। ਉਹ ਕਹਿੰਦੇ ਬਾਅਦ ਮੈਂ ਕਮਿਊਨਿਟੀ ਗਾਈਡਲਾਈਨ ਸਾਰਿਆਂ ਮਤਲਬ ਪੜ੍ਹਾਈ ਅਤੇ ਮੈਂ ਲੋਕਾਂ ਕਨੇ ਪਤਾ ਕੀਤਾ ਵੀ ਕਿਆ ਕਿਆ ਸਿਸਟਮ ਉਹਦੇ ਵੱਲ, ਮੈਂ ਪੂਰੀ ਛਾਂਝਬੀਨ ਕੀਤੀ ਹੈ, ਅਲਹਮਦੁਲਿਲਾ ਅਲਹਮਦੁਲਿਲਾ। ਅਤੇ ਉਹ ਮੇਰੇ ਕੋਲ ਜਿਹੜੀ ਵਾਰਨਿੰਗ ਲੱਗੀ ਉਹ ਅੱਜ ਹਟ ਗਈ ਹੈ, ਔਰ ਤਦਾਂ ਦਾ ਮੈਂ ਯੂਟਿਊਬ ਦੇ ਬਾਰੇ ਸਰਚ ਕਰਨ ਸ਼ੁਰੂ ਕੀਤਾ ਔਰ ਉਹਦੇ ਬਾਰੇ ਪੜ੍ਹਨ ਸ਼ੁਰੂ ਕੀਤਾ ਅਤੇ ਸਮਝਣ ਸ਼ੁਰੂ ਕੀਤਾ। ਅਤੇ ਅਲਹਮਦੁਲਿਲਾ ਅੱਜ ਤੋਂ ਨਹੀਂ ਮੇਰੇ ਯੂਟਿਊਬ ਚੈਨਲ ਦੇ ਉੱਤੇ ਕੋਈ ਸਟ੍ਰਾਈਕ ਕਹਿਣ ਲੱਗੀ, ਔਰ ਮੇਰੇ ਯੂਟਿਊਬ ਚੈਨਲ ਦੇ ਉੱਤੇ ਇਹ ਇੱਕ ਵਾਰਨਿੰਗ ਹੈ ਪਈ। ਉਹ ਵੀ ਅਲਹਮਦੁਲਿਲਾ ਅਲਹਮਦੁਲਿਲਾ, ਮੇਰੀ ਮਿਹਨਤ ਔਰ ਤੁਹਾਡੇ ਦੁਆਵਾਂ ਦੇ ਨਾਲ ਉਹ ਹਟ ਚੁੱਕੀ ਹੈ। ਔਰ ਇਹਦਾ ਨਾ ਥੋੜ੍ਹਾ ਜਿਹਾ ਪ੍ਰੋਸੈਸ ਹੈ, ਉਹ ਮੈਂ ਕੀਤਾ ਸੀ, ਉਹ ਟ੍ਰੇਨਿੰਗ ਹੈ ਥੋੜ੍ਹੀ ਜਿਹੀ ਯੂਟਿਊਬ ਵਾਲਿਆਂ ਦੀ, ਉਹ ਮੈਂ ਟ੍ਰੇਨਿੰਗ ਦਿੱਤੀ ਹੈ। ਉਹ ਤੋਂ ਬਾਅਦ ਮੇਰੀ ਜਿਹੜੀ ਉਹ ਹੈ 24 January ਕੋ ਹਟਾਉਣੀ ਹੈ, ਮੈਂ ਉਹ ਟ੍ਰੇਨਿੰਗ ਕੀਤੀ ਹੈ। ਟ੍ਰੇਨਿੰਗ ਦੀ ਵਜ੍ਹਾ ਤੋਂ ਉਹ ਮੇਰੇ ਯੂਟਿਊਬ ਚੈਨਲ ਦੇ ਉੱਤੇ ਵਾਰਨਿੰਗ ਵੀ ਹਟ ਗਈ ਹੈ। ਸਟ੍ਰਾਈਕ ਤਾਂ ਦੂਰ ਮੇਰੇ ਹੁਣ ਚੈਨਲ ਦੇ ਉੱਤੇ ਵਾਰਨਿੰਗ ਵੀ ਕਹਿਣੀ, ਅਲਹਮਦੁਲਿਲਾ ਹੁਣ ਵਿਊਜ਼ ਵੀ ਆ ਪਿਆ ਸਨ, ਕਿਉਂਕਿ ਜਿਹੜੀ ਵਾਰਨਿੰਗ ਹੁੰਦੀ ਹੈ ਭਾਈ ਉਹ ਥੋੜ੍ਹੇ ਯੂਟਿਊਬ ਵਾਲੇ ਤੁਹਾਨੂੰ ਪਤਾ ਨਾ ਥੋੜ੍ਹੇ ਮਾਇੰਡ ਕਰਨੇ ਨੂੰ ਭਾਈ ਇਹ ਬੰਦਾ ਸਹੀ ਕਹਿ ਨਹੀਂ, ਕੋਈ ਪਤਾ ਕਹਿ ਨਹੀਂ ਸਾਡੇ ਰੂਲਸ ਅਸੂਲ ਦਾ, ਇੱਕ ਵਾਇਰਲ ਕਰਨ ਦੀ ਜ਼ਰੂਰਤ ਕਹਿ ਨਹੀਂ। ਅਤੇ ਅਲਹਮਦੁਲਿਲਾ ਉਹ ਹਟ ਚੁੱਕੇ ਅਤੇ ਮੈਂ ਬਾਹਰੋਂ ਨਿਕਲਿਆ, ਮੈਂ ਕਿ ਖੁਸ਼ਖਬਰੀ ਹੈ ਵਲੋਗ ਸ਼ੁਰੂ ਕਰੂੰ, ਔਰ ਵਲੋਗ ਵੀ ਲੇਟ ਸ਼ੁਰੂ ਥੀਂਦਾ ਪਏ, ਉਹ ਤਾਂ ਤੁਹਾਨੂੰ ਪਤਾ ਹੈ ਲੇਟ ਹੀ ਸ਼ੁਰੂ ਥੀਂਦਾ ਰਹਿੰਦੇ, ਔਰ ਤੁਹਾਨੂੰ ਪਤਾ ਡੇਲੀ ਵਲੋਗਰ ਤਾਂ ਸਾਂ ਕਹਿ ਨੇ ਵੀਕਲੀ ਵਲੋਗਰ ਹੈ। ਇਸ ਵਾਸਤੇ ਮੈਂ ਕਿ ਤੁਹਾਨੂੰ ਖੁਸ਼ੀ ਦੀ ਖਬਰ ਵੀ ਸੁਣਾਉਂ, ਫਿਟ ਵਧੇ, ਇਹ ਸਾਰਾ ਸ਼ੱਕ ਹਸਨੈਨ ਵੀ ਵਧੇ। ਅਤੇ ਹਾਲੇ ਤੋਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਹਿ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਸੋ, ਔਰ ਬੈਲ ਆਈਕਨ ਕੋ ਆਲ 'ਤੇ ਪ੍ਰੈਸ ਕਰੇ ਸੋ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਔਰ ਮੈਂ ਆਪਣੇ ਕਹੀਂ ਕਜ਼ਨ ਕੋ ਸਾਡੇ ਨਾ ਵੇਨਾ ਬਸਤੀ ਵਿੱਚੋਂ ਆਪਣੀ ਤਲੇ, ਅਤੇ ਉੱਥੋਂ ਵੰਜ ਕੇ ਇੱਕ ਬੰਦੇ ਕੋ ਕਹੀਂ ਕੁਛ ਹੋਰ ਪਕੜਾਣੇ, ਮੈਂ ਕਰਵਾਉਣੇ ਉਹ ਗੈਸ ਭਰਵਾਉਣੇ, ਗੈਸ ਭਰਵਾਉਣੇ ਉਹ ਥੋੜ੍ਹੀ ਜਿਹੀ ਚੀਜ਼ਾਂ ਗਿਣ ਜੁਲ ਕੇ ਉਹ ਗਿਣਦੇ ਹੈ। ਔਰ ਖੁਸ਼ੀ ਖਬਰੀ ਤਾਂ ਤੁਹਾਨੂੰ ਮੈਂ ਦੇ ਦਿੱਤੀ ਹੈ, ਅਤੇ ਤੁਸਾਂ ਹੁਣ ਚੈਨਲ ਵੀ ਲਾਜ਼ਮੀ ਸਬਸਕ੍ਰਾਈਬ ਕਰੇ ਸੋ, ਔਰ ਤੁਹਾਨੂੰ ਮੈਂ ਇੱਕ ਬਈ ਵੀ ਗੱਲ ਸਾਰੇ ਮੈਂ ਸਕਰੀਨ ਸ਼ੋਟ ਤਾਂ ਤੁਸਾਂ ਤਾਂ ਦੇਖ ਕੇ ਕਿਤੇ ਹੋ ਸਨ, ਜਿਵੇਂ ਜਿਵੇਂ ਹਟ ਗਏ ਅਤੇ ਕਮਿਊਨਿਟੀ ਉਹ ਮਤਲਬ ਸਬੂਤ ਮੈਂ ਤੁਹਾਨੂੰ ਦਿਖਾ ਰਹੇ ਤੇ ਵੀ ਮੇਰੇ ਚੈਨਲ ਦੇ ਉੱਤੇ ਵਾਰਨਿੰਗ ਹੈ ਪਈ, ਤੁਸਾਂ ਦੇਖ ਕੀਤਾ ਸੀ। ਅਤੇ ਉਹ ਕਰਨ ਇਲਾਵਾ ਤੁਸਾਂ ਨਾ 98% ਲੋਕ ਅਨਸਬਸਕ੍ਰਾਈਬ ਕਰਕੇ ਦੇ ਦੇ ਵੀ ਯਾਰ, ਇੱਥੋਂ ਮੇਰਾ ਬਲਾ ਦਿਲ ਦੁੱਖਦੇ, ਔਰ ਕਈ ਕਈ ਵੇਲੇ ਤਾਂ ਦਿਲ ਕਰਨ ਦੇ ਕਿ ਯੂਟਿਊਬ ਛੋੜ ਦਿਉ, ਕਿਉਂਕਿ ਇਤਨਾ ਪਿਆਰ ਮੁਹੱਬਤ ਮਿਲਦੀ ਨਹੀਂ ਤੁਹਾਡੀ। ਔਰ ਮੈਂ ਤੁਹਾਨੂੰ ਇੱਕ ਬਈ ਗੱਲ ਦੱਸਾਂ ਯਾਰ, ਸਬਸਕ੍ਰਾਈਬ ਤਾਂ ਕਰ ਦਿੱਤਾ ਕਰੋ, ਤੁਹਾਡੀ ਮਿਹਰਬਾਨੀ ਹੋ ਸਕਦੀ। ਗੱਲ ਮੈਂ ਤੁਹਾਨੂੰ ਇਹ ਦੱਸਣਾ ਪਿਆ ਵੀ ਕਿ ਸਾਡੇ 1000 ਸਬਸਕ੍ਰਾਈਬਰ ਕੰਪਲੀਟ ਥੀਣ ਵਾਲੇ ਦਿਨ, ਜਿਤਨਾ ਜਲਦੀ ਥੀ ਸਕਦੇ ਮੇਰੇ 1000 ਸਬਸਕ੍ਰਾਈਬਰ ਕੰਪਲੀਟ ਕਰਵਾ ਦਿਓ। ਅਗਰ ਤੁਹਾਡੇ ਦੂਸਰਾ ਕੋਈ ਜੀਮੇਲ ਹੈ ਤਾਂ ਉਹਨਾਂ ਦੇ ਉੱਤੇ ਯਾਰ ਲੋਗਿਨ ਕਰਕੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ, ਤਾਂ ਕਿ 1000 ਸਬਸਕ੍ਰਾਈਬਰ ਪੂਰੇ ਥੀਵੇਨ ਔਰ ਸਾਡੀ ਅਰਨਿੰਗ ਸ਼ੁਰੂ ਥੀ ਵੇਖਦੀ। ਅਤੇ 1000 ਸਬਸਕ੍ਰਾਈਬਰ ਪੂਰੇ ਕਰਵਾਓ, ਨੇੜੇ ਲੱਗੇ ਵਧਣ, ਬਸ ਥੋੜ੍ਹੇ ਜਿਹੇ ਰਹਿੰਦੇ ਪਏ, ਤਾਂ ਕਿ ਵੱਲ ਅਰਨਿੰਗ ਵੀ ਥੀ ਵੀ ਅਸੀਂ ਮੈਂ ਫਜ਼ੂਲ ਵਲੋਗਿੰਗ ਕਰਦੇ ਵਧੇ ਹਾਂ, 3.5 ਸਾਲ ਤਾਂ ਥੀਵਣ ਵਾਲੇ ਉਹ ਸਨ, ਮੈਂ ਵਲੋਗਿੰਗ ਕਰਦਾ ਵਧਣ ਲੱਗਾ ਵਧਾਂ। ਅਤੇ ਮਿਹਰਬਾਨੀ ਕਰੋ, 1000 ਸਬਸਕ੍ਰਾਈਬਰ ਕੰਪਲੀਟ। ਮੈਂ ਵੇਨ ਆਪਣੇ ਕਜ਼ਨ ਕਹੀਂ ਗੁਸੜੇ ਨਾ, ਔਰ ਵੱਲ ਵਾਪਸ ਆਸਾਂ ਸਿਲੰਡਰ ਵੀ ਸਾਫ਼ ਥੀਂਦਾ ਪਏ ਘਰ, ਉਹ ਸਾਫ਼ ਥੀ ਵੇ ਸੀ ਜੇ ਤੁਣੀ ਵੱਲ ਚੇਨੇ ਵੇ ਸੋ ਪਏ। ਔਰ ਹੁਣ ਬਹੁਤ ਜਲਦ ਆਈਫੋਨ ਵੀ ਗਿੰਦੇ ਹਾਂ, ਕਿਉਂਕਿ ਜੇ ਤੁਣੀ ਮਤਲਬ ਕੁਛ ਪਾਣੇ ਕੇ ਲਈ ਕੁਛ ਖੋਣਾ ਪੜਦਾ ਹੈ, ਕਿਉਂਕਿ ਅਗਰ ਤੁਸਾਂ ਕਈ ਚੀਜ਼ ਪਾਉਣੀ ਹੈ ਗਿਣਨੀ ਹੈ ਨਾ, ਮਤਲਬ ਇੱਕ ਕੋਈ ਕੰਮ ਵਿੱਚ ਵੇਂਦੇ ਪਏ, ਇਨਵੈਸਟ ਕਰਨਾ ਪਾਉਂਦੇ, ਇਨਵੈਸਟ ਤੋਂ ਬਗੈਰ ਕੁਛ ਆ ਕਹਿ ਨਹੀਂ। ਅਤੇ ਲਿਹਾਜ਼ਾ ਇਨਵੈਸਟ ਕਰੋ, ਔਰ ਮੁਨਾਫਾ ਮਿਲ ਗਿਆ ਤਾਂ ਅੱਛੀ ਗੱਲ ਹੈ, ਨਾ ਮਿਲਿਆ ਤਾਂ ਵੱਲ ਘੱਟ ਨਫੇ ਜ਼ਿੰਦਗੀ ਦਾ ਹਿੱਸਾ ਹੋਣਾ। ਨਹੀਂ ਤਾਂ ਵੈਸੇ ਮੈਂ ਆਈਫੋਨ ਗਿਣ ਸਾਂ, ਤਾਂ ਕਿ ਮੈਂ ਇਨਵੈਸਟ ਕਰੇ ਸਾਂ, ਇਨਵੈਸਟ ਕਰਨ ਤੋਂ ਬਾਅਦ ਵੱਲ ਤੁਹਾਨੂੰ ਪਤਾ ਫਲ ਮਿਲਿਆ ਤਾਂ ਮਿਲ ਵੈਸੀ, ਨਹੀਂ ਤਾਂ ਕੋਈ ਟੈਨਸ਼ਨ ਕਹਿ ਨਹੀਂ। ਮੇਰੇ ਕਜ਼ਨ ਹੁਣੀ ਵਿੱਚੋਂ ਕੋਈ ਵੀ ਘਰ ਵੱਧਾ ਕਹਿ ਨਹੀਂ, ਗਰਮੀ ਕਾਫੀ ਜ਼ਿਆਦਾ ਹੈ, ਉਹ ਤਾਂ ਸਾਡੇ ਕਨੇ ਇੱਥੇ ਲੱਗੇ ਹੋਏ ਸੋਲਰ ਵਾਲੇ ਮਤਲਬ ਟੂਵੈਲ, ਤਾਂ ਉਹਦੇ ਉੱਤੇ ਟੂਵੈਲ 'ਤੇ ਦਾਵਣ ਚਲਾ ਗਏ।
ਤੇ ਇੱਕ ਬਾਲ ਕੋ ਮੈਂ ਸੱਜਿਆ ਤਾਂ ਇਹ ਉਹ ਆਉਂਦਾ ਪਿਆ ਰਾਜੂ ਦਾ ਭਾਈ ਰੱਖ ਤੇ ਵੇਨੇ ਵੱਲ ਗੈਸ ਭਰਵਾਉਣੇ ਗੈਸ ਭਰਵਾਉਣੇ ਅਤੇ ਗਰਮੀ ਕਾਫੀ ਜ਼ਿਆਦਾ ਵੇ ਨਾ ਘਰ ਮੂੰਹ ਹੱਥ ਹੋਏ ਨਾ ਕਿਉਂਕਿ ਮੂੰਹ ਸੜਦਾ ਪਏ ਹਾਲਾਂਕਿ ਹਲ ਹੁਣ ਸੂਰਜ ਗਰੂਬ ਥਿਵਾਂ ਦਾ ਟਾਈਮ ਹੈ ਲੇਕਿਨ ਵੱਲ ਵੀ ਨਾ ਫੁੱਲ ਟਾਈਮ ਗਰਮੀ ਹੈ ਕਿਸੇ ਜੇ ਮੇਰੇ ਰਾਜੂ ਦਾ ਬਿਰਾ ਲੇਕਿਨ ਹੁਣ ਪੀ ਕੇ ਆ ਗਿਆ ਹੁਣ ਪੀ ਕੇ ਗਹਿਣ ਕੇ ਵੈਸਾਂ ਕਿਉਂਕਿ ਥੋੜ੍ਹਾ ਵੱਡਾ ਬੰਦਾ ਹੀ ਹੋਣਾ ਚਾਹੀਦਾ ਇਹਨੇ ਉੱਤੇ ਥੋੜ੍ਹੇ ਜਿਹੇ ਕੰਮ ਹੀ ਢੇਰ ਆਉਣ ਵਾਲੇ ਬਾਲ ਇਹਨੇ ਕਹਿੰਦਾ ਸਿਲੰਡਰ ਪਕੜੀ 'ਚ ਕਹਿੰਦਾ ਰੋਟੀ ਖਰਾਬ ਹੈ ਮਤਲਬ ਗਾਗੂ ਆਉਂਦਾ ਪਏ ਆਉਂਦਾ ਪਏ ਤਾਂ ਵਾਲੀ ਨੇ ਨਾਲ ਦੇ ਦਿਆਂ ਘੇਰਾ ਨਾਲ ਵੇ ਹਾਂ ਤੂੰ ਹੁਣ ਵਾਲ ਸੀ ਤੇ ਕਰ ਗਈ ਤੇਰੀ ਵੀਡੀਓ ਫੇਟਾ ਸੀ ਕੀ ਹਾਲ ਹੈ ਸਾਈਡਾਂ ਕਿਤੇ ਪੱਟੀ ਪਤਾ ਇਹੋ ਕੁਝ ਅੱਛਾ ਆ ਜੁਲੂ ਜ਼ਰਾ ਥੋੜ੍ਹਾ ਜਿਹਾ ਕੰਮ ਮੈਨੂੰ ਖਿੱਚਿਓ ਗੈਸ ਭਰਵਾਉਣ ਕੋਈ ਹੈ ਦੁਕਾਨ ਖਾਲੀ ਖੜੀ ਕੋਈ ਯਾਰ ਨਵੀਂ ਬਿਲਕੁਲ ਫਰੈਸ਼ ਬਣੀ ਖੜੀ ਹੈ ਇੱਥੇ ਕੰਪਿਊਟਰ ਦਾ ਤੇਰਾ ਸਿਸਟਮ ਚੱਲ ਵਿੱਚ ਤੂੰ ਇੱਕ ਆਉਂਦਾ ਹੈ ਮੋਬਾਈਲ ਸ਼ਬਾਇਲ ਇਹਦੇ ਇਹਨਾਂ ਕੰਪਿਊਟਰ ਹੈ ਰੋਣ ਪੈ ਪਿਛਲੇ ਹਫ਼ਤੇ ਤੋਂ ਦਸਾਇਆ ਨਹੀਂ ਰੋਂਦਾ ਪਿਆ ਤੇ ਹੁਣ ਗਏ ਆਈਸਕ੍ਰੀਮ ਖਾਧੀ ਕਿਹੜੇ ਖਾਧੀ ਯਾ ਹਾਲੀ ਘਰ ਸਿਲੰਡਰ ਮੈਂ ਘਰ ਰੱਖੇ ਔਰ ਇੱਥੇ ਪੀ ਕੇ ਨਹੀਂ ਬੈਠੇ ਨੀਂਦ ਨਾਲ ਬਾਨੇ ਔਰ ਮੇਰੇ ਕੋ ਖੁਸ਼ੀ ਮਿਲਦੀ ਹੈ ਜਲੇ ਮੈਂ ਸੋਚਿਆ ਨਾ ਕਿ ਆਈਫੋਨ ਜਲੇ ਇਵੇਂ 12 ਪਰੋ ਜਾਂ 13 ਪਰੋ ਜਾਂ 11 ਜਿਹੜਾ ਵੀ ਮੇਰੇ ਹੱਥ 'ਚ ਸੀ ਪਤਾ ਨਹੀਂ ਕਿਹ ਜਿਹਾ ਮਾਹੌਲ ਤੁਸੀਂ ਬਾਕੀ ਗਰਮੀ ਆ ਦੀ ਯਾਰ ਜ਼ਿਆਦਾ ਹੈ ਪੀ ਕੇ ਦੇਖ ਗਰਮੀ ਦਾ ਹਾਲ ਹੈ ਗਰਮੀ ਹੈ ਕਾ ਨਹੀਂ ਸਰਦੀ ਨਾਲ ਇਹ ਜਿਹੜੇ ਮਰਦੇ ਨਾ ਕੋਈ ਨਾ ਕੋਈ ਚਬਲੀ ਮਰਦੇ ਇਵੇਂ ਗਰਮੀ ਨਾਲ ਫੁੱਲ ਗਰਮੀ ਇਹਦੇ ਤੇ ਪਿਓ ਯਾਰ ਅਸਾਂ ਉਂਲੇ ਬੈਠਿਆ ਸੀ ਜਲੇ ਸੂਰਜ ਖੜਾ ਹੁਣ ਉੱਤੇ ਅਸਮਾਨ ਦੇ ਉੱਤੇ ਚੰਦ ਆ ਗਏ ਇਹ ਪੀ ਕੇ ਖੜੇ ਗਾਗੂ ਖੜੇ ਇੱਥੇ ਹੀ ਕਰੇ ਬੈਠੇ ਰਹਿ ਗਏ ਹੈ ਗੱਪ ਸ਼ੱਪ ਲੱਗੀ ਬੈਠੇ ਰਹਿ ਗਈ ਹੈ ਔਰ ਵਲੋਗ ਤਾਂ ਤੁਹਾਨੂੰ ਪਤਾ ਇੰਟਰਸਟਿੰਗ ਬਣਿਆ ਕਿ ਨਹੀਂ ਔਰ ਬੜੀ ਖੁਸ਼ਖਬਰੀ ਦੀ ਗੱਲ ਹੈ ਤੁਹਾਨੂੰ ਟਾਈਟਲ ਥੰਬਨੇਲ ਤਾਂ ਤੁਸੀਂ ਡਿੱਠਾ ਹੋ ਸੀ ਸਾਡੀ ਜਿਹੜੀ ਉਹ ਸਟ੍ਰਾਈਕ ਆਖ ਸਕਦੇ ਹਾਂ ਜਾਂ ਵਾਰਨਿੰਗ ਆਖ ਸਕਦੇ ਹਾਂ ਉਹ ਹਟ ਗਈ ਹੈ ਅਤੇ ਸ਼ਾਮ ਦਾ ਟਾਈਮ ਹੈ ਹੁਣ ਵੀ ਤੱਤੀ ਹਵਾ ਗੁਲੀ ਖੜੀ ਹੋਈ ਯਕੀਨ ਕਰੋ ਤੱਤੀ ਹਵਾ ਲੱਗਦੀ ਪਈ ਹਾਲਾਂਕਿ ਸ਼ਾਮ ਹੈ ਇਹ ਟਾਈਮ ਠੰਡੀ ਹਵਾ ਲੱਗੇ ਲੇਕਿਨ ਨਹੀਂ ਤੱਤੀ ਹਵਾ ਲੱਗਦੀ ਪਈ ਅਤੇ ਇੱਥੇ ਹੀ ਮੈਂ ਕਰਨਾ ਪਿਆ ਵਲੋਗ ਦਾ ਐਂਡ ਇਨਸ਼ਾਅੱਲਾ ਮਿਲਦੇ ਹਾਂ ਕਿ ਆਉਣ ਵਾਲੇ ਵਲੋਗ ਫਿਲਹਾਲ ਦਿਓ ਮੈਂ ਕੋਈ ਇਜਾਜ਼ਤ ਅੱਲਾ ਹਾਫਿਜ਼ ਵਿਹੀ ਵਿਹੀ ਤੁਹਾਨੂੰ ਇੱਕ ਗਾਲ ਆ ਕੇ ਵਿਆਂ ਯਾਰ ਮੇਰੇ ਚੈਨਲ ਕੋਈ ਯਾਰ ਸਬਸਕ੍ਰਾਈਬ ਕਰ ਕੇ ਨੋ 1000 ਸਬਸਕ੍ਰਾਈਬਰ ਸੀ ਆਉਣ ਵਾਲੇ